ਲਓ ਬਾਈ ਜੀ, ਕਬੂਤਰ ਆ ਗਿਆ ਜੀ ਦੁਬਾਰਾ, ਅਤੇ ਤੁਹਾਨੂੰ ਕਰਾਉਂਦੇ ਹਾਂ ਸ਼ੌਕ। ਕਬੂਤਰ ਆ ਗਿਆ ਵਾ, ਅਤੇ ਉਹ ਛੱਤਰੀ ਦੇ ਉੱਪਰ ਬੈਠ ਗਿਆ ਆ ਕੇ। ਠੀਕ ਹੈ ਜੀ, ਪੰਜ ਬੱਚੇ ਹੈਗੇ ਮੇਰੇ ਕੋਲ, ਅਤੇ ਜੇ ਕਿਸੇ ਵੀਰ ਨੂੰ ਚਾਹੀਦੇ ਹੋਣ ਤਾਂ ਜ਼ਰੂਰ ਰਾਬਤਾ ਕਰ ਲੈਣ ਮੇਰੇ ਨਾਲ, ਮਤਲਬ ਕਿ ਮੇਰੇ ਨਾਲ ਸੰਪਰਕ ਕਰਕੇ, ਅਤੇ ਤੁਸੀਂ ਮੇਰੇ ਤੋਂ ਜੋੜੇ ਲੈ ਸਕਦੇ, ਦੋ ਜੋੜੇ ਆਪਾਂ ਦੇਣੇ ਹੋਰ। ਠੀਕ ਹੈ ਜੀ, ਅਤੇ ਖੜ ਸਕਦੇ ਹੋ। ਠੀਕ ਹੈ ਬਾਈ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕਿਵੇਂ ਹੋ? ਸਾਰੇ ਠੀਕ ਠਾਕ ਹੋ? ਚਲੋ ਜੀ, ਕਬੂਤਰ ਆਪਾਂ ਹੁਣੇ ਖੋਲ੍ਹੇ ਹਲੇ, ਅਤੇ ਆਹ ਦੇਖੋ ਕਬੂਤਰ ਆ ਰਿਹਾ। ਆਓ 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 ਆਓ, ਬਹੁਤ ਸੋਹਣਾ ਕਬੂਤਰ ਜੀ ਇਹ, ਆਓ ਬੈਠ ਗਿਆ ਜਾ ਕੇ। ਅਤੇ ਤੁਹਾਨੂੰ ਮੈਂ ਸ਼ੌਕ ਕਰਾਉਣਾ ਯਾਰ, ਕਬੂਤਰ ਦੀ ਕਾਲੀਆਂ ਕੰਨੀਆਂ, ਰੰਗ ਲੱਗਾ ਹੋਇਆ ਵਾ, ਚਿੱਟੇ ਰੰਗ ਦਾ ਕਬੂਤਰ ਜੀ, ਅਤੇ ਬਹੁਤ ਹੀ ਸ਼ਾਨਦਾਰ। ਅਤੇ ਆਪਾਂ ਯਾਰ ਇਹਨਾਂ ਨੂੰ ਦਾਣੇ ਪਾਉਂਦੇ ਕਬੂਤਰਾਂ ਨੂੰ, ਅਤੇ ਕਰਦੇ ਲਾਉਂਦੇ ਹਾਂ ਇਹਨੂੰ। ਠੀਕ ਹੈ ਜੀ, ਸੋ ਬਣੇ ਰਹੋ ਵੀਡੀਓ, ਤੁਹਾਨੂੰ ਮਜ਼ਾ ਕਾਫੀ ਆਉਣ ਵਾਲਾ ਜੇ। ਚਲੋ ਜੀ, ਆਪਾਂ ਇੱਥੇ ਦਾਣੇ ਪਾਉਂਦੇ ਇਹਨਾਂ ਨੂੰ, ਅਤੇ ਉਹਨੇ ਆਇਆ ਨਾ ਉਸੇ ਵੇਲੇ, ਕਬੂਤਰ ਉੱਤੇ ਆ ਕੇ ਬੈਠ ਗਿਆ ਵਾ। ਕਬੂਤਰ ਬਹੁਤ ਹੀ ਸੋਹਣਾ ਵਾ, ਅਚਾਨਕ ਹੀ ਯਾਰ ਇਹ ਪਤਾ ਨਹੀਂ ਕਿਹੜੀ ਸਾਈਡ ਤੋਂ ਆਇਆ ਵਾ, ਲੇਕਿਨ ਕਬੂਤਰ ਬੜਾ ਸ਼ਾਨਦਾਰ ਜੀ। ਜੇ ਆਇਆ ਤੁਹਾਨੂੰ ਸ਼ੌਂਕ ਕਰਾਉਂਦੇ ਹਾਂ ਜ਼ਰੂਰ ਜੀ, ਅਤੇ ਬਹੁਤ ਹੀ ਵਧੀਆ ਲਾਈਵ ਕਬੂਤਰ ਫੜਾਂਗੇ ਜੀ ਅੱਜ ਫੇਰ। ਠੀਕ ਹੈ ਜੀ ਬਾਈ ਜੀ, ਇੱਥੇ ਤੁਸੀਂ ਦੇਖ ਸਕਦੇ ਹੋ ਸਾਰੇ ਆਪਾਂ ਬਰਡ ਆਪਣੇ ਕੱਢੇ ਹੋਏ ਆ, ਸੋ ਮੁਰਗੇ ਵੀ ਖੋਲ੍ਹੇ ਆ, ਚੂਚੇ ਉਹਨਾਂ ਦੇ ਨਾਲ ਹੀ ਆ ਬਾਹਰ। ਠੀਕ ਹੈ ਜੀ, ਅਤੇ ਬਾਕੀ ਸਾਡਾ ਹੁਣ ਧਿਆਨ ਕਬੂਤਰ ਹਾਲੀ ਆ, ਅਤੇ ਕਬੂਤਰ ਆਪਾਂ ਪਹਿਲਾਂ ਲਾ ਲਈਏ, ਫਿਰ ਬਾਕੀ ਤੁਹਾਨੂੰ ਬਾਅਦ 'ਚ ਬਰਡ ਵਿਖਾਲਦੇ ਹਾਂ ਜੀ। ਬਾਈ ਜੀ ਉਹ ਤੁਸੀਂ ਦੇਖ ਸਕਦੇ ਹੋ, ਧਿਆਨ ਇੱਧਰ ਹੀ ਉਹਦਾ ਦੇਖਦਾ ਪਿਆ ਵਾ, ਅਤੇ ਆਏਗਾ ਵੀ ਜ਼ਰੂਰ। ਆਓ 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 ਆਓ, ਆ ਜਾ ਵੀ, ਆ ਜਾ, ਆਏਗਾ ਯਾਰ, ਆਏਗਾ ਆਏਗਾ, ਜ਼ਰੂਰ ਆਊਗਾ। ਚਲੋ ਜੀ, ਕਬੂਤਰ ਆਉਣ ਦੀ ਤਿਆਰੀ ਜੀ ਪੂਰਾ, ਆਹ ਤੁਸੀਂ ਦੇਖ ਸਕਦੇ ਹੋ। ਆਓ 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 ਆਓ, ਆ ਜਾ ਵੀ, ਆ ਜਾ ਆ ਜਾ ਯਾਰ, ਇਹਦੇ ਦਾਣੇ ਵੀ ਮੁੱਕ ਗਏ ਆ, ਅਤੇ ਕਬੂਤਰ ਇਹ ਤੱਕ ਨਹੀਂ ਥੱਲੇ ਆਇਆ ਹੈਗਾ, ਸੋ ਟਰਾਈ ਆਪਾਂ ਕਰਦੇ ਰਹਿਣਾ ਵਾ। ਆਪਣੇ ਉਹ ਦੇਖੋ, ਆ ਜਾ ਵੀ, ਆ ਜਾ ਆ ਜਾ ਆ ਜਾ, ਉਹ ਸਾਹਮਣੇ ਬੈਗ, ਆਓ 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 ਆਓ, ਦੇਖੋ ਚੱਕਰ ਕੱਟਦਾ ਪਿਆ ਜੀ, ਅਤੇ ਦਾਣੇ ਆਪਾਂ ਹੋਰ ਲੈ ਕੇ ਆਉਂਦੇ ਹਾਂ ਯਾਰ। ਉਹ ਪਾਲੀ ਸਾਈਡ 'ਤੇ ਚੱਲ ਗਿਆ ਜੀ, ਆਓ ਦੇਖੋ ਉਹ ਚੱਲ ਗਿਆ ਉਧਰ ਸਾਈਡ 'ਤੇ, ਫੇਰ ਘੁੰਮ ਕੇ ਇੱਧਰ ਆਊਗਾ ਲੱਗਦਾ, ਅਤੇ ਆਪਾਂ ਇਹਨਾਂ ਨੂੰ ਦਾਣੇ ਦੂਣੇ ਉਹਨਾਂ ਚਿਰ ਪਾਉਂਦੇ ਯਾਰ। ਅਤੇ ਆ ਗਿਆ ਆ ਗਿਆ ਇੱਧਰੋਂ ਦੀ ਯਾਰ, ਆਏ ਨਹੀਂ ਯਾਰ, ਪਾਣੀ ਆ ਗਿਆ। ਆਓ 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 ਆਓ, ਇਹ ਆਓ ਚੱਲ ਗਿਆ ਜੇ ਪਾਲੀ ਸਾਈਡ 'ਤੇ, ਆਓ ਦੇਖੋ ਚੱਕਰ ਕਰਕੇ ਫੇਰ ਆਊਗਾ। ਆਪਾਂ ਥੋੜ੍ਹਾ ਸਾਈਡ 'ਤੇ ਹੋਏ ਨੇ ਯਾਰ, ਹੋ ਸਕਦਾ ਥੋੜ੍ਹਾ ਡਰਦਾ ਹੋਵੇ ਹੈ ਨਾ, ਅਤੇ ਥੱਲੇ ਵੀ ਹਲਚਲ ਜੀ ਪੈ ਗਈ ਸਾਡੇ। ਆ ਗਿਆ ਜੇ ਫੇਰ, ਅਤੇ ਚੱਕਰ ਕੱਟ ਰਿਹਾ ਵਾ, ਅਤੇ ਆਪਾਂ ਥੋੜ੍ਹਾ ਸਾਈਡ 'ਤੇ ਰਹਿੰਦੇ ਹਾਂ। ਸੋ ਕਬੂਤਰ ਆਓ ਦੇਖੋ, ਆਹ ਦੇਖੋ ਆ ਤਾਂ ਗਿਆ ਵਾ, ਸੋ ਕਿੰਨਾ ਮੈਂ ਵੀ ਜ਼ਿਆਦਾ ਨਾ ਹੀ ਇਹਨੂੰ ਤੰਗ ਕਰੀਏ, ਆਪਣੇ ਆਪ ਹੀ ਆਏ ਤਾਂ ਸਭ ਤੋਂ ਬੈਸਟ ਵਾ। ਇਹ ਆਹ ਦੇਖੋ ਆਖੋ ਆ ਗਿਆ ਆ ਗਿਆ ਆ ਗਿਆ, ਅਤੇ ਉਹ ਕਬੂਤਰ ਦੇ ਨਾਲ ਉੱਡ ਗਿਆ ਯਾਰ। ਸਾਡੇ ਕਬੂਤਰ ਵੀ ਇੱਦਾਂ ਹੀ ਕਰਦੇ ਆ, ਕਬੂਤਰ ਉੱਡ ਨਾ, ਪਿੱਛੇ ਆਓ ਪਿੱਛੇ ਵੀ ਕਾਕਾ ਪਿੱਛੇ, ਆਓ 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 ਆਓ, ਦੇਖੋ ਯਾਰ ਚੱਕਰ ਕੱਟਦਾ ਪਿਆ ਜੇ ਕਬੂਤਰ ਦੇ ਨਾਲ, ਇੱਦਾਂ ਕਬੂਤਰ ਸਾਡਾ ਉੱਤੇ ਲੈ ਜਾਣਾ ਇਹਨੇ ਯਾਰ, ਬੜਾ ਸਥਾਨ ਜੇ। ਸੋ ਚਲੋ ਕੋਈ ਨਹੀਂ, ਉਤਾਰ ਕੇ ਤੁਹਾਨੂੰ ਦਿਖਾ ਲਏ ਫਿਰ। ਇੱਥੇ ਬਾਈ ਜੀ ਸਾਡੇ ਰੈਬਿਟ ਵਾਲੇ ਆਪਾਂ ਬੰਦ ਹੀ ਰੱਖੇ ਆ, ਅਤੇ ਮੈਂ ਕਿਹਾ ਵੀ ਫਿਲਹਾਲ ਰਹਿਣ ਦਿੰਦੇ ਬੰਦ, ਕਿਉਂਕਿ ਕਬੂਤਰ ਡਰੇ ਨਾ ਜਿਹੜਾ ਨਵਾਂ ਆਉਣਾ ਵਾ। ਅਤੇ ਯਾਰ ਕੀ ਕੀਤਾ ਜੀ ਬੱਚਿਓ, ਕੀ ਕਰਦੇ ਪਏ ਤੁਸੀਂ? ਨਾ ਨਾ ਕੁਛ ਨਾ ਕਰੋ, ਕਬੂਤਰ ਕਿਤੇ ਸਾਈਡ 'ਤੇ ਬੈਠ ਗਿਆ ਵਾ, ਅਤੇ ਆਪਣਾ ਕਬੂਤਰ ਤਾਂ ਇੱਥੇ ਆ ਕੇ ਬੈਠ ਗਿਆ ਜੇ, ਅਤੇ ਉਹ ਸ਼ਾਇਦ ਉੱਪਰ ਬਹਿ ਗਿਆ ਮੋਂਟੀ ਦੇ ਉੱਪਰ, ਅਤੇ ਕਰਨੀ ਪੈਣੀ ਵੇਟ ਸਾਨੂੰ ਹੁਣ।
ਸੋ ਹੁਣ ਤੱਕ ਕਰੋ ਜੀ, ਤੁਸੀਂ ਸ਼ੌਕ ਕਰੋ ਕਬੂਤਰਾਂ ਹਾਂਡਿਆਂ ਦਾ। ਅਤੇ ਵੈਸੇ ਉਹ ਕਬੂਤਰ ਬੜਾ ਸ਼ਾਨਦਾਰ ਸੀ, ਰੰਗ ਲੱਗਾ ਸੀ ਅਤੇ ਕਾਲੀਆਂ ਕੰਨੀਆਂ ਸੀ, ਕਾਲੀ ਪੂਛ ਸੀ ਅਤੇ ਬੱਗਾ ਕਬੂਤਰ ਸੀ। ਸੋ ਬਹੁਤ ਸੋਹਣਾ ਕਬੂਤਰ ਸੀ। ਚਲੋ ਹੁਣ ਤਾਂ ਤੁਹਾਨੂੰ ਦਿਖਾ ਦਿਆਂ ਜੀ, ਫਿਰ ਕਰਾਉਂਦੇ ਹਾਂ ਸ਼ੌਕ। ਲਓ ਬਾਈ ਜੀ, ਇੱਥੇ ਉਹਨਾਂ ਨੂੰ ਦਾਣੇ ਦੂਣੇ ਪਾਏ ਆ, ਕਬੂਤਰ ਖਾ ਰਹੇ ਆ। ਅਤੇ ਇੱਥੇ ਸਾਡੀਆਂ ਮੁਰਗੀਆਂ ਆਪਾਂ ਕੱਢ ਦਿੱਤੀਆਂ ਬਾਹਰ, ਆਹ ਤੁਸੀਂ ਦੇਖੋ ਮੁਰਗੀਆਂ ਦੋਨੋਂ ਬਾਹਰ ਸਾਡੀਆਂ। ਸੋ ਆਪਾਂ ਆਪਣੇ ਚੂਚੇ ਲੈ ਕੇ ਅਤੇ ਦਾਣਾ ਪਾਣੀ ਖਾ ਰਹੀਆਂ ਵਾ। ਸੋ ਇੱਧਰ ਸਾਈਡ 'ਤੇ ਦੂਸਰੀ ਮੁਰਗੀ ਵੀ ਆ ਅਤੇ ਬਹੁਤ ਵਧੀਆ ਮਾਹੌਲ ਚੱਲਦਾ ਪਿਆ ਵਾ ਜੀ। ਇਹ ਜਿਹੜਾ ਕਬੂਤਰ ਉਹ ਸਾਡਾ ਮੁਰਗੀ 'ਤੇ ਬੈਠ ਗਿਆ ਲਿਆ ਕੇ, ਜਿਹੜਾ ਨਵਾਂ ਕਬੂਤਰ ਆਇਆ ਵਾ ਅਤੇ ਆਪਾਂ ਲਾਉਂਦੇ ਹਾਂ, ਤੁਹਾਨੂੰ ਲਾਈਵ ਵਿਖਾਲਾਂਗੇ, ਠੀਕ ਆ ਜੀ। ਸੋ ਫਿਲਹਾਲ ਉੱਪਰ ਬੈਠਾ ਵਾ, ਜਦੋਂ ਉੱਤੇ ਉੱਡੇਗਾ ਫਿਰ ਤੁਹਾਨੂੰ ਸ਼ੌਕ ਕਰਾਉਂਦੇ। ਇੱਥੇ ਸਾਡੀਆਂ ਬਜ਼ੀਸ ਵੀ ਬਿਲਕੁਲ ਓਕੇ ਆ ਜੀ, ਸਾਰੀਆਂ ਠੀਕ ਠਾਕ ਆ। ਇਹਨਾਂ ਨੂੰ ਵੀ ਯਾਰ ਆਪਾਂ ਇਹਨਾਂ ਦੀ ਯਾਰ ਫੀਡ ਪਾ ਦਈਏ, ਦਾਣੇ ਮੁੱਕੇ ਹੋਏ ਆ। ਸੋ ਇੱਥੇ ਸਾਡੇ ਗਿੰਨੀ ਪਿਗ, ਆਪਣੇ ਗਿੰਨੀ ਪਿਗ ਆ, ਤੁਸੀਂ ਦੇਖੋ ਇਹਨਾਂ ਨੂੰ ਪੱਠੇ ਪਾਏ ਆ ਅਤੇ ਇਹ ਵੀ ਠੀਕ ਆ ਜੀ, ਅੱਗੇ ਨੂੰ ਬਿਲਕੁਲ ਸੈੱਟ ਵਾ, ਠੀਕ ਆ ਜੀ। ਅਤੇ ਲਵ ਬਰਡ ਸਾਡੇ ਗੱਲ ਕਰੀਏ ਤਾਂ ਲਵ ਬਰਡ ਨੂੰ ਯਾਰ ਆਪਾਂ ਪਾਈ ਛੱਲੀ ਅਤੇ ਇਹਨਾਂ ਨੇ ਛੱਲੀ ਖਾ ਲਈ ਤਕਰੀਬਨ, ਅਤੇ ਫੀਮੇਲ ਬੈਠ ਗਈ ਜਾ ਕੇ ਅੰਦਰ। ਸੋ ਬਹੁਤ ਵਧੀਆ ਮਾਹੌਲ ਬਣਿਆ ਪਿਆ ਜੀ। ਸੋ ਕਬੂਤਰ ਸਾਡੇ ਮੌਂਟੀ 'ਤੇ ਬੈਠ ਗਏ ਆ, ਕੁਝ ਥੱਲੇ ਆ ਅਤੇ ਜਿਹੜਾ ਆਪਾਂ ਫੜਨਾ ਉਹ ਮੌਂਟੀ ਦੇ ਉੱਪਰ ਆ, ਉਹ ਉੱਪਰ ਵਾਲੀ ਜਿਹੜੀ ਮੌਂਟੀ ਉਹਦੇ ਉੱਪਰ ਆ। ਅਤੇ ਚਲੋ ਤੁਹਾਨੂੰ ਉਹ ਵੀ ਸ਼ੌਕ ਕਰਾਵਾਂਗੇ, ਠੀਕ ਹੈ ਜੀ, ਬਣੇ ਰਹੋ ਵੀਡੀਓ 'ਤੇ। ਕਬੂਤਰ ਬਹੁਤ ਵਧੀਆ ਜੇ, ਸ਼ੌਕ ਕਰਾਵਾਂਗੇ ਤੁਹਾਨੂੰ, ਨੰਬਰ 1 ਦਾ ਕਬੂਤਰ। ਬਾਈ ਜੀ ਆਪਾਂ ਸਾਰਿਆਂ ਨੂੰ ਦਾਣੇ ਪਾ ਦਿੱਤੇ ਆ, ਫੀਡ ਪਾ ਦਿੱਤੀ ਆ। ਸੋ ਕਬੂਤਰਾਂ ਨੂੰ ਵੀ ਦਾਣੇ ਰੋਟੀਆਂ ਪਾ ਦਿੱਤੀਆਂ, ਇਹਨਾਂ ਨੇ ਖਾ ਪੀ ਲਈਆਂ ਵਾ। ਸੋ ਸਾਡੇ ਗਿੰਨੀ ਪਿਗ ਨੂੰ ਵੀ ਪੱਠੇ ਪਾ ਦਿੱਤੇ ਹੋਏ ਅਤੇ ਸਾਡੀਆਂ ਲਵ ਬਰਡ ਨੂੰ ਵੀ ਆਪਾਂ ਪਾ ਦਿੱਤੀ ਆ ਰੋਟੀ ਭੋਰ ਕੇ। ਅਤੇ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਸਾਡੇ ਗਿੰਨੀ ਪਿਗ ਖਾ ਰਹੇ ਜੀ ਪੱਠੇ, ਅਤੇ ਵਧੀਆ ਲੱਗ ਰਿਹਾ ਕਾਫੀ। ਸੋ ਇਹਨਾਂ ਵਿੱਚੋਂ ਮੈਂ 2 ਜੋੜੇ ਦੇ ਦਿੱਤੇ ਸੀ। ਸੋ ਬਾਕੀ ਮੇਰੇ ਕੋਲ ਹਲੇ ਵੀ ਜੇ ਕਹਿ ਸਕਦੇ ਹਾਂ ਬੱਚਿਆਂ ਦੇ 2 ਜੋੜੇ ਹੈਗੇ ਜੀ, 5 ਬੱਚੇ ਹੈਗੇ ਮੇਰੇ ਕੋਲ। ਅਤੇ ਜੇ ਕਿਸੇ ਵੀਰ ਨੂੰ ਚਾਹੀਦੇ ਹੋਣ ਤਾਂ ਜ਼ਰੂਰ ਰਾਬਤਾ ਕਰ ਲੈਣ ਮੇਰੇ ਨਾਲ, ਮਤਲਬ ਕਿ ਮੇਰੇ ਨਾਲ ਸੰਪਰਕ ਕਰਕੇ, ਅਤੇ ਤੁਸੀਂ ਮੇਰੇ ਤੋਂ ਜੋੜੇ ਲੈ ਸਕਦੇ ਹੋ, 2 ਜੋੜੇ ਆਪਾਂ ਦੇਣੇ ਹੋਰ, ਠੀਕ ਹੈ ਜੀ, ਅਤੇ ਖੜ ਸਕਦੇ ਹੋ, ਠੀਕ ਹੈ ਬਾਈ ਜੀ। ਕਬੂਤਰ ਹਲੇ ਤੱਕ ਵੀ ਨਹੀਂ ਉੱਡਿਆ ਹੈਗਾ। ਸੋ ਕਬੂਤਰ ਉੱਥੇ ਬੈਠਾ ਮੌਂਟੀ ਦੇ ਉਧਲੀ ਸਾਈਡ 'ਤੇ, ਅਤੇ ਵੇਟ ਕਰਦੇ ਪਏ ਵੀ ਯਾਰ ਕਬੂਤਰ ਉੱਡੇ ਅਤੇ ਆਪਾਂ ਉਹਨੂੰ ਫੜ ਲਈਏ, ਕੋਸ਼ਿਸ਼ ਕਰੀਏ ਫੜਨ ਦੀ, ਠੀਕ ਹੈ ਜੀ। ਅਤੇ ਕਬੂਤਰ ਸਾਡੇ ਸਾਰੇ ਥੱਲੇ ਹੀ ਆ, ਤੁਸੀਂ ਦੇਖ ਸਕਦੇ ਕਬੂਤਰ ਆਪਾਂ ਸਾਰੇ ਖੋਲ੍ਹੇ ਹੋਏ ਆ, ਅਤੇ ਬਸ ਕਬੂਤਰ ਉੱਡਣ ਦੀ ਕਮੀ ਆ, ਬਸ ਜਦੋਂ ਉੱਡਦਾ ਵਾ ਅਤੇ ਉਸ ਵੇਲੇ ਆਪਾਂ ਕਬੂਤਰ ਲਾ ਲੈਣਾ ਵਾ ਜੀ। ਅਤੇ ਕੋਸ਼ਿਸ਼ ਕਰਦੇ ਪਏ ਹਾਂ ਜਿੰਨਾ ਚਿਰ ਨਹੀਂ ਉਹਨਾਂ 'ਚ ਟਾਈਮ ਕੱਢਣ ਡੇ ਆਪਾਂ, ਜਿੱਦਾਂ ਵੀ ਆ ਧਿਆਨ ਸਾਡਾ ਉੱਧਰ ਹੀ ਆ। ਸੋ ਬਣੇ ਰਹੋ ਵੀਡੀਓ 'ਤੇ। ਦੇਖੀ ਆ ਉੱਪਰ ਹੀ ਬੈਠੀ ਹੋਈ ਆ, ਅਤੇ ਆਹ ਕੋਨੇ ਦੇ ਵਿੱਚ ਬੈਠੀ ਹੋਈ ਆ, ਕਬੂਤਰੀ ਨਹੀਂ ਕਹਿ ਸਕਦਾ ਮੈਂ, ਜੋ ਵੀ ਆ ਇੱਥੇ ਬੈਠਾ ਹੋਇਆ ਵਾ ਕਬੂਤਰ, ਜੋ ਕਬੂਤਰੀ ਆ, ਅਤੇ ਹੁਣੇ ਉਹ ਦਿਖਾਈ ਦਿੱਤੀ ਆ ਅਤੇ ਜ਼ਰੂਰ ਆਊਗੀ। ਸੋ ਹੁਣ ਪੱਕਾ ਯਕੀਨ ਹੋ ਗਿਆ ਕਿ ਆਊਗੀ, ਕਿਉਂਕਿ ਇੱਧਰ ਦੇਖ ਰਹੀ ਉਰੇ ਆਈ, ਹੁਣ ਪਰੇ ਚੱਲ ਗਈ ਫਿਰ, ਜੋ ਵੀ ਕਬੂਤਰੀ ਜਾਂ ਕਬੂਤਰ ਆ, ਅਤੇ ਐਕਸਾਈਟਡ ਆ ਮੈਂ, ਇਸ ਕਰਕੇ ਪਤਾ ਨਹੀਂ ਲੱਗਦਾ ਪਿਆ ਹੈਗਾ। ਸੋ ਕਬੂਤਰ ਆਪਣੇ ਖੁੱਲ੍ਹੇ ਹੋਏ ਆ, ਟਾਈਮ ਅੜਕੋ ਪਰ ਥੋੜ੍ਹਾ ਵਾ, ਅਤੇ ਬਾਈ ਜੀ ਕੋਈ ਨਹੀਂ, ਵੇਟ ਕਰਦੇ ਆਪਾਂ ਫਿਰ ਵੀ। ਕਬੂਤਰ ਆ ਗਿਆ ਵਾ ਅਤੇ ਉਹ ਛੱਤਰੀ ਦੇ ਉੱਪਰ ਬੈਠ ਗਿਆ ਆ ਕੇ, ਠੀਕ ਹੈ ਜੀ। ਤੁਹਾਨੂੰ ਕਰਾਉਂਦੇ ਹਾਂ ਜੀ ਸ਼ੌਕ, ਠੀਕ ਹੈ ਜੀ। ਸੋ ਫਿਲਹਾਲ ਕਬੂਤਰ ਸਾਰੇ ਥੱਲੇ ਹੀ ਆ, ਅਤੇ ਹੁਣ ਵੇਟ ਕਰਦੇ ਮੇਰੇ ਕਬੂਤਰ ਉਹਦੀ, ਉਹ ਵੀ ਆਏਗਾ ਥੱਲੇ, ਅਤੇ ਫਿਰ ਤੁਹਾਨੂੰ ਸ਼ੌਕ ਕਰਾਉਂਦੇ ਹਾਂ, ਠੀਕ ਹੈ ਜੀ। ਸੋ ਬਣੇ ਰਹੋ ਵੀਡੀਓ 'ਤੇ, ਕਾਫੀ ਮਜ਼ਾ ਆਉਣ ਵਾਲਾ ਵਾ, ਅਤੇ ਲਾਸਟ ਤੱਕ ਦੇਖਿਓ, ਨਜ਼ਾਰਾ ਫੁੱਲ ਆਏਗਾ ਜੀ, ਠੀਕ ਹੈ ਜੀ। ਬਾਈ ਜੀ ਸਾਡੇ ਫੋਨ ਦੀ ਹੋ ਗਈ ਬੈਟਰੀ ਲੋ, ਅਤੇ ਇਸ ਕਰਕੇ ਵੀਡੀਓ ਨਹੀਂ ਬਣਾ ਸਕੇ। ਬਾਕੀ ਹੁਣੇ ਆਪਾਂ ਕਬੂਤਰ ਜਿਹੜੇ 2-4 ਸਾਡੇ ਬਾਹਰ ਹੈਗੇ ਸੀ, ਆਪਾਂ ਹੁਣੇ ਅੰਦਰ ਵਾੜ ਕੇ ਹਟੇ ਹਾਂ ਜੀ, ਠੀਕ ਹੈ ਜੀ। ਅਤੇ ਜੇ ਕਰੀਏ ਗੱਲ ਕਬੂਤਰ ਵਾਰਾ ਦੀ, ਅਤੇ ਉਹ ਕਬੂਤਰ ਵਾਰਾ ਨਹੀਂ ਆਇਆ। ਸੋ ਇੱਥੋਂ ਉੱਡਿਆ ਬਾਅਦ ਵਿੱਚ, ਅਤੇ ਸਿੱਧਾ ਨਿਕਲਿਆ ਕੇ ਬੰਨਣ ਬਾਅਦ ਵਿੱਚ ਨਹੀਂ ਆਇਆ ਹੈਗਾ, ਅਤੇ ਬਾਅਦ 'ਚ ਆਪਾਂ ਵੀਡੀਓ ਇਸ ਕਰਕੇ ਬਣਾ ਸਕੀ ਕਿ ਸਾਡੇ ਫੋਨ ਦੀ ਬੈਟਰੀ ਲੋ ਗਈ, ਅਤੇ ਉਹਦੇ ਵਾਸਤੇ ਆਪਾਂ ਮਾਫ਼ੀ ਮੰਗਦੇ ਜੀ। ਸੋ ਬਾਕੀ ਇਹ ਸੀ ਜੀ ਅੱਜ ਦੀ ਸਾਡੀ ਵੀਡੀਓ। ਸੋ ਆਸ ਕਰਦੇ ਕਿ ਤੁਹਾਨੂੰ ਵਧੀਆ ਲੱਗੇਗੀ, ਵਧੀਆ ਲੱਗੀ ਤਾਂ ਲਾਈਕ ਕਰ ਦੇਣਾ, ਚੈਨਲ ਨੂੰ ਸਬਸਕ੍ਰਾਈਬ ਕਰਨਾ, ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ। ਸੋ ਮਿਲਦੇ ਜੀ ਨੈਕਸਟ ਵੀਡੀਓ 'ਤੇ। ਸੋ ਪਿਆਰ ਭਰੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕਬੂਲ ਕਰਨਾ ਜੀ।